ਇਹ ਮਜੀਠਾ ਰੋਡ ਦੀ ਆ, ਇਹ ਮੈਡੀਕਲ ਕਾਲਜ ਦੇ ਕੋਈ ਅਫਸਰ ਨੇ ਉੱਧਰ ਐਮ ਐਸ ਨੇ ਦਿੱਤੀ ਹੈ ਰਿਪੋਰਟ, ਅਤੇ ਆਹ ਸਾਡੇ ਨਿੱਕੇ ਨਿੱਕੇ ਅਸੀਂ ਬੱਚੇ ਪਾਲਣ ਡੇ ਸੀ, ਇਹਨਾਂ ਨੇ ਸਾਡੇ ਸਾਰਾ ਕੁਛ ਤੋੜ ਗਿਆ, ਜਾਂ ਸਾਨੂੰ ਮਹੀਨਾ 10 ਦਿਨ ਪਹਿਲਾਂ ਨੋਟਿਸ ਦਿੰਦੇ ਹੈ ਨਾ, ਹੁਣ ਅਸੀਂ ਕਿੱਥੇ ਰੋਟੀ ਖਾਈਏ ਜਾ ਕੇ, ਹੈ ਪੁਰਾਣੀ 40-40 ਸਾਲ ਦੇ ਅਸੀਂ ਬੈਠੇ ਹੋਏ ਹਾਂ ਭਾਅ ਜੀ, ਇਹ ਕੋਈ ਬੰਦਿਆਂ ਵਾਲੀ ਗੱਲ ਥੋੜ੍ਹਾ ਕੀਤੀ, ਜਾਂ ਸਾਨੂੰ ਨੋਟਿਸ ਭੇਜੋ ਕਿ ਹਾਂ ਜੀ ਵੀ ਅਸੀਂ ਆਹ ਤੋੜਨ ਲੱਗੇ ਤੁਹਾਡਾ, ਇਹਨਾਂ ਨੇ ਨਾ ਸਾਨੂੰ 2 ਦਿਨ ਕੱਲ੍ਹ ਆਏ ਆ, ਕੱਲ੍ਹ ਕੁਛ ਤੋੜ ਗਏ, ਕੱਲ ਆ ਕੁਛ ਅੱਜ ਸਾਡੇ ਸੁੱਤੇ ਸੁੱਤੇ ਤੋੜ ਗਏ, ਹੈਂ ਅਸੀਂ ਕਿੱਥੇ ਜਾ ਕੇ ਰੋਟੀ ਖਾਣੀ ਆ, ਗਰੀਬ ਆਦਮੀ ਹੈ, ਕਿੰਨਾ ਬੰਦਾ ਰੱਖੋ ਪਿੱਛੇ। ਨਗਰ ਨਿਗਮ ਨੇ ਜਿਹੜੀ ਇਨਕਰੋਚਮੈਂਟ ਕੀਤੀ ਹੈ ਖੋਖੇ ਵਾਲਿਆਂ ਨੇ ਜਾਂ ਜਿਹੜੇ ਰੇਹੜੀ ਵਾਲਿਆਂ ਨੇ, ਅੱਜ ਅਸੀਂ ਸਿਰਫ ਉਹਨਾਂ ਨੂੰ ਹਟਾ ਰਹੇ ਹਾਂ, ਖੋਖਿਆਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਚੱਲਦੀ ਪਈ ਹੈ, ਉਹਨਾਂ ਦੀ ਅਸੈਸਮੈਂਟ ਚੱਲਦੀ ਪਈ ਹੈ, ਜਿਹੜੇ ਖੋਖੇ ਜਾਇਜ਼ ਹੋਣਗੇ ਉਹਨਾਂ ਬਾਰੇ ਤਾਂ ਸਟਰੀਟ ਵੈਂਡਿੰਗ 'ਚ ਕੋਈ ਪੋਲਿਸੀ ਬਣ ਜਾਏਗੀ, ਜਿਹੜੇ ਨਜਾਇਜ਼ ਹੋਣਗੇ ਉਸ ਤੋਂ ਬਾਅਦ ਸਾਰੇ ਹਟਾ ਦਿੱਤੇ ਜਾਣਗੇ। ਅੱਜ ਅਸੀਂ ਖੋਖਿਆਂ 'ਤੇ ਅਜੇ ਕੋਈ ਫਿਲਹਾਲ ਕਾਰਵਾਈ ਨਹੀਂ ਕਰ ਰਹੇ, ਅਸੀਂ ਸਿਰਫ ਜਿਹੜੀ ਖੋਖਿਆਂ ਨੇ ਇਨਕਰੋਚਮੈਂਟ ਕੀਤੀ ਹੈ ਉਹ ਦੂਰ ਕਰ ਰਹੇ ਹਾਂ, ਜਾਂ ਜਿਹੜਾ ਰੇਹੜੀ ਫੜੀ ਲਾ ਕੇ ਖੋਖਾ ਵੀ ਲਗਾਇਆ ਅੱਗੇ, ਰੇਹੜੀ ਵੀ ਲਗਾ ਲਈ ਆ, ਜਾਂ ਖੋਖਾ ਲਗਾਇਆ ਅੱਗੇ ਕਾਊਂਟਰ ਵੀ ਲਗਾਏ ਆ, ਅੱਜ ਉਹਨਾਂ 'ਤੇ ਕਾਰਵਾਈ ਹੋ ਰਹੀ ਹੈ। ਪੂਰੇ ਅੰਮ੍ਰਿਤਸਰ ਦੇ ਵਿੱਚ ਹੋਏਗਾ ਕਿ ਸਿਰਫ ਫਿਲਹਾਲ ਮਜੀਠਾ ਰੋਡ 'ਚ? ਨਹੀਂ ਜੀ, ਇੱਦਾਂ ਨਹੀਂ ਹੈ, ਇਹ ਰੋਡ ਵਾਈਜ਼ ਅਸੀਂ ਜਿਹੜਾ ਵੈ ਪ੍ਰੋਜੈਕਟ ਸ਼ੁਰੂ ਕੀਤਾ ਨਗਰ ਨਿਗਮ ਦੇ ਮਾਨਯੋਗ ਮੇਅਰ ਅਤੇ ਕਮਿਸ਼ਨਰ ਨੇ, ਜੋ ਮਾਨਯੋਗ ਮੇਅਰ ਅਤੇ ਕਮਿਸ਼ਨਰ ਦਾ ਹਦਾਇਤਾਂ ਹੋਣਗੀਆਂ ਉਹਦੇ ਅਕੋਰਡਿੰਗਲੀ ਜਿਹੜੀ ਹੈ ਸੜਕਾਂ ਚੁਣੀਆਂ ਜਾਣਗੀਆਂ, ਸਰਾਜ ਮਜੀਠਾ ਰੋਡ ਚੁਣਿਆ, ਇਸ ਤਰ੍ਹਾਂ ਕਰ ਕਰਕੇ ਅਸੀਂ ਸਾਰੇ ਸ਼ਹਿਰ ਜਿੰਨੀਆਂ ਵੀ ਰੋਡਸ ਨੇ ਸਾਰੀਆਂ ਰੋਡ 'ਤੇ ਅਭਿਆਨ ਚੱਲੇਗਾ ਜੁਆਇੰਟ। ਰੇਲਾ ਗੁਪਤਾ ਬੋਲਿਆ, ਸਾਡੇ ਖੋਖੇ ਤੋੜ ਗਏ, ਦਰਪਾਣਾ ਸਾਹਿਬ, ਛੱਤਰ ਸਾਹਿਬ ਤੋੜ ਗਏ, ਸਾਡੇ ਕ੍ਰੇਡ ਸਾਹਿਬ ਲੈ ਗਏ, ਤੋੜ ਕੇ ਲੈ ਗਏ ਸਾਰੇ, ਸਾਨੂੰ 2 ਦਿਨ ਟਾਈਮ ਦੇਣਾ ਚਾਹੀਦਾ, ਘੱਟੋ 2 ਦਿਨ ਟਾਈਮ ਪਹਿਲੇ ਦੇਣਾ ਦੇਣਾ ਚਾਹੀਦਾ, ਸਾਰੇ ਤੋੜ ਕੇ ਨੁਕਸਾਨ ਕਰ ਗਿਆ, ਲਓ ਘੱਟੋ 20,000 ਦੀ ਦਰਪਾਲ ਨੁਕਸਾਨ ਹੋ ਗਿਆ, ਕ੍ਰੇਡ ਲੈ ਕੇ ਚੁੱਕੇ, ਕੰਡਾ ਚੁੱਕ ਕੇ ਲੈ ਗਏ ਭਾਂਜੋ ਸਾਰਾ। ਲੱਗਦਾ ਕਿ ਪੰਜਾਬ ਸਰਕਾਰ ਇੱਕ ਤੇ ਨੌਕਰੀਆਂ ਕਹਿੰਦੇ ਵੀ ਕੰਮ ਦੇਵਾਂਗੇ, ਦੂਜਾ ਕੰਮ ਨੁਕਸਾਨ ਕਰਕੇ ਸਾਰਾ ਭਾਂਜੋ ਸਾਰਾ ਮੈਂ, ਜਦ ਬੰਦੇ 2 ਦਿਨ ਟਾਈਮ ਦੇ, ਬੰਦਾ ਟਾਈਮ ਦੇ, 2 ਦਿਨ ਪਹਿਲਾਂ ਟਾਈਮ ਦਿਓ ਜੀ, ਇਹ ਕਰ ਲਓ, ਅੱਜ ਨੁਕਸਾਨ ਸਾਰਾ ਕਰਕੇ, ਦੁਬਾਰਾ ਨੇ ਛੁੱਟੀ ਰੇਲ ਮਾਰਕੀਟ ਬੰਦ ਰਹੀ, ਸਾਰਾ ਨੁਕਸਾਨ ਕਰਕੇ ਗਏ, ਅੱਜ ਲੋਕਾਂ ਛੁੱਟੀ ਵੈਸੇ ਸੁੱਤੇ ਹੋਏ, ਚਲੋ ਛੁੱਟੀ ਟੈਨਸ਼ਨ, ਹੈਂ ਇਹ ਥੋੜ੍ਹੀ ਰਾਤ ਦੇ ਕੰਮ ਕਰ ਜਾਏਗਾ, ਕੋਈ ਪਤਾ ਨਹੀਂ ਆ, ਇਹ ਰਾਤੀ ਰਾਤ ਕੰਮ ਕਰ ਜਾਏਗਾ, ਕੋਈ ਪਤਾ ਨਹੀਂ ਇਹਨਾਂ ਦਾ, ਤਾਂ ਕੋਈ ਭਰੋਸਾ ਨਹੀਂ ਇਹਨਾਂ ਦਾ। ਨੋਟਿਸ ਮਿਲਿਆ ਸੀ ਕੋਈ? ਸਾਨੂੰ ਕੋਈ ਨੋਟਿਸ ਨਹੀਂ ਮਿਲਿਆ, ਕੁਛ ਦੱਸਿਆ ਨਹੀਂ, ਕੁਛ ਨਹੀਂ ਦੱਸਿਆ, ਇੱਕ ਦਿਨ ਪਹਿਲੇ ਕਿਹਾ ਗਿਆ ਵਾ, ਕੁਛ ਨਹੀਂ ਦੱਸਿਆ, ਇੱਕ ਦੋ ਦਿਨ ਪਹਿਲੇ ਵੀ ਨਹੀਂ, ਬੰਦਾ ਹੁੰਦਾ ਇੱਕ ਦੋ ਦਿਨ ਪਹਿਲੇ।